वाहे गुरु 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 सतनाम वाहे गुरु सतनाम वाहे गुरु सतनाम सतनाम वाहे गुरु। 18वीं सदी के महान शहीदों ते कुर्बानी करन वाले व्यक्तियों विचों एक भाई तारू सिंह जी भी सन, जिन्हां दा शहीदी साका कौम दे बच्चे बच्चे दी जुबान ते है। सच ते सिखी धर्म दी खातर बंद बंद कटवा के शहीदी प्राप्त करन वाले महान शहीद भाई तारू सिंह जी दा शहीदी दिहाड़ा अज सिख जगत दी सिरमौर संस्था श्रोमणी कमेटी वल्लों संगतां दे सहयोग नाल श्री दरबार साहिब स्थित गुरुद्वारा श्री मंजी साहिब दीवान हाल विखे बड़ी श्रद्धा दे नाल मनाया गया। इस मौके एसजीपीसी दे अधिकारी ने दस्या कि प्रधान श्रोमणी कमेटी दे आदेशा अनुसार श्रोमणी कमेटी वल्लों गुरु साहिबाना दे पवित्र प्रकाश पुरब ते शहीदी पुरब मनाए जांदे ने। इसे तहत अज भाई तारू सिंह जी दा शहीदी दिहाड़ा भी मनाया गया। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਨੇ, ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ 'ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਅਤੇ ਕਰੋੜਾਂ ਦੀ ਸੰਪੱਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਪੰਥ ਦੇ ਮਹਾਨ ਸ਼ਹੀਦ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਵਾਲਾ ਦਿਨ, ਉਹਨਾਂ ਦੀ ਸ਼ਹੀਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਪਰਸੋਂ ਰੋਜ਼ ਤੋਂ ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਅੱਜ ਸੰਪੂਰਨ ਭੋਗ ਪਏ ਹਨ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਜਗਦੀਪ ਸਿੰਘ ਜੀ, ਤਿਨ੍ਹਾਂ ਦੇ ਕੀਰਤਨੀ ਜਥੇ ਨੇ ਅੰਮ੍ਰਿਤ ਬਾਣੀ ਗੁਰਬਾਣੀ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ। ਸੋ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਉਸ ਵੇਲੇ ਹੋਈ ਜਦੋਂ ਸਿੱਖਾਂ 'ਤੇ ਐਸਾ ਸਮਾਂ ਸੀ ਜੋ ਪੰਥ ਖਾਤਰ ਅਤੇ ਕੌਮ ਦੀ ਖਾਤਰ, ਆਜ਼ਾਦੀ ਦੀ ਖਾਤਰ ਜੂਝ ਰਹੇ ਸਨ। ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਭਾਈ ਤਾਰੂ ਸਿੰਘ ਜੀ ਨੇ ਜਾਣਾ, ਹਰ ਭਗਤ ਨਿਰੰਜਣੀਏ ਨੇ ਉਹਨਾਂ ਬਾਰੇ ਜੋ ਸੂਹ ਸੀ ਉਹ ਜ਼ਕਰੀਏ ਖਾਂ ਨੂੰ ਦਿੱਤੀ। ਉਸ ਵੇਲੇ ਭਾਈ ਤਾਰੂ ਸਿੰਘ ਜੀ ਦੀ ਉਮਰ 25 ਵਰ੍ਹਿਆਂ ਦੀ ਸੀ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਂਦਾ ਗਿਆ। ਉੱਥੇ ਜ਼ਕਰੀਏ ਖਾਂ ਵੱਲੋਂ ਉਹਨਾਂ ਨੂੰ ਇਸਲਾਮ ਕਬੂਲਣ ਵਾਸਤੇ ਕਿਹਾ ਗਿਆ, ਪਰ ਭਾਈ ਤਾਰੂ ਸਿੰਘ ਜੀ ਦੇ ਬੋਲ ਸਨ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਭਾਈ ਤਾਰੂ ਸਿੰਘ ਜੀ ਦਾ ਸੋ ਖੋਪਰ ਜਿਹੜਾ ਸੀ ਉਹ ਉਤਾਰਿਆ ਗਿਆ ਅਤੇ 22 ਦਿਨ ਭਾਈ ਤਾਰੂ ਸਿੰਘ ਜੀ ਖੋਪਰ ਤੋਂ ਬਿਨਾਂ ਜਿਉਂਦੇ ਰਹੇ ਅਤੇ ਜ਼ਕਰੀਏ ਖਾਂ ਨੂੰ ਜੁੱਤੀ ਅੱਗੇ ਲਾ ਕੇ ਨਰਕਾਂ ਨੂੰ ਤੋਰਿਆ ਅਤੇ ਅੱਜ ਵਾਲੇ ਦਿਨ 1745 ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਸੋ ਅਰਦਾਸ ਕਰੀਏ ਗੁਰੂ ਚਰਨਾਂ ਵਿੱਚ ਕਿ ਸਤਿਗੁਰੂ ਕਿਰਪਾ ਕਰਨ, ਸਾਡੀ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ
बहुत ही सत्कारयोग भाई साहब भाई तारू सिंह जी का शहीदी दिहाड़ा है, जो श्रोमणी गुरद्वारा प्रबंधक कमेटी वालों गुरद्वारा दीवान हाल मंजी साहब विखे बड़े श्रद्धा ते सत्कार नाल मनाया गया। और भाई साहब का जीवन जड़ा है वो सिक्खी ते सिदक नूं समर्पित सी। जदों उन्हां नूं फड़ के लाहौर लगाया गया तो दोष उन्हां ते इक्को सी कि वो जिहड़े सिंह जंगलां ते बियाबानां विच रहिंदे सन उन्हां नूं प्रशादा छकाउंदे सन और उन्हां दे सिंघां नूं रात नूं जा के जंगलां विच जिथे जिथे भी सिंह रहिंदे सन प्रशादे तैयार करके उन्हां नूं छकाउंदे सन। तां उस टाइम ते भगत नरंजनिया जिहड़ा जना जंडियाले दा रहण वाला सी उन्हें जाके मुखबरी कीती कि तुसीं लकीरां मार दिओ सप्पतां मार दे नहीं। तां उस टाइम ते जकरिया खां ने हुक्म दे के भाई तारू सिंह जी नूं जिहड़ा सी उह गिरफ़्तार किया और गिरफ़्तार करके कहा तुसीं अपना जिहड़ा सिक्खी ते सिदक है इहनूं छड्ड दिओ मुसलमान बन जाओ। तो उस टाइम पर भाई तारू सिंह ने कहा कि मेरा सिक्खी सिरक जिहड़ा ये केसा सवासा संग निभूगा। तो उस टाइम पर जगरीए ने हुक्म किया कि पहला तो कहा कि भाई तारू सिंह के केस जड़े वो कतल कर दो। इतिहास कहता है कि केस कतल नहीं होए। फिर उस तो बाद रंबी दे नाल खोपरा उतारन का जिहड़ा सी हुक्म वो दिता गया और भाई तारू सिंह जी का जिहड़ा सी वो खोपरा उतार के ते परे एक खड़ सी उहदे सटिया गया। पर भाई तारू सिंह ने एक वचन किया सी जकरिया तैनूं जुत्ती अगे ला के खड़ांगे क्योंकि केस मेरे नहीं है, गुरु की मोहर है, गुरु की निशानी है, भाणा मन की निशानी है। सो इस तरह ही होया जकरिए नूं बन पिया। भाई साहब भाई तारू सिंह जी 22 दिन जिंदा रहे और 22 दिनों के बाद जदों इस दे दौरान ही जकरिए खां नूं जिहड़ा सी वह बन पिया और भाई तारू सिंह दे पैर दा जोड़ा जिहड़ा सी वह जकरिए खां दे सिर 'च मारिया। ज्यों ज्यों वह जोड़ा वजदा त्यों त्यों ही जिहड़ा पेशाब दा बन सी टुटदा। खीर खालसे दीआं जुत्तियां दी मार दा मारिया होया जकरिया खान मर गया और जदों भाई तारू सिंह जी नूं पता लगा तो वह भी सचखंड नूं चले गए। सो मैं समझदा कि सिक्खी सिदक केसा सवासा संघ निभाउण दा जिहड़ा इतिहास है वह भाई साहब भाई तारू सिंह जी ने निभाया। अज उहनां दा शहीदी दिन जिहड़ा है वह गुरद्वारा श्रोमणी गुरद्वारा प्रबंधक कमेटी वालों बहुत श्रद्धा सत्कार अते भावना नाल मनाया जा रहा। मैं नौजवान पीढ़ी नूं बेनती करनी चाहुंदा जिहड़े दाड़ी ते केस कटवाई फिरदे आ जाणे ते अणजाणे कि उह भाई तारू सिंह दे जीवन तों सिख्या लै के दाड़ा ते केस रखण, गुरु वाले बण, बाणी ते बाणे नाल जुड़न और जिहड़ा इत्थे नारा लग्गा मेरा सिर जावे ता जावे मेरा सिक्खी सिरकणा जावे, इस नारे ते आपां पहरा दईए, गुरु वाले बणीए, बाणी ते बाणे नाल जुड़ के अमृत छकीए, गुरु वाले बणीए और लोग सुखीए पर लोग सहेले, नानक हर प्रभ आपे मेले। सो गुरु वाले बणीए, बाणी ते बाणे नाल जुड़िए। इन्नियां ही बेनतियां नाल मैं समाप्ति करदा। वाहिगुरू जी का खालसा, वाहिगुरू जी की फतह। अमृतसर तो हरिंदर सिंह की रिपोर्ट। वधेरे खबरां लई तुसीं देखदे रहो अजीत वैब टीवी।